ਜਿਹੜਾ ਮੋਦੀ ਇੰਨੇ ਲੱਖ ਕਰੋੜ ਰੁਪਇਆ ਖਰਚ ਕਰੀ ਜਾਂਦਾ, ਇਹ 9000 ਨੂੰ ਰੋਈ ਜਾਂਦੇ, ਇਹ 9000 ਕਰੋੜ ਇਹਨਾਂ ਦੀ ਨਲਾਕੀ ਕਰਕੇ ਰੁਕਿਆ, ਇਹ 9000 ਕਰੋੜ ਦਾ ਹਿਸਾਬ ਨਹੀਂ ਦਿੰਦੇ। ਪੈਸੇ ਤਾਂ ਖਰਚ ਲਏ ਹੈਲੀਕਾਪਟਰ ਕਮਾਉਣ ਤੇ, ਪੈਸੇ ਖਰਚ ਲਏ ਦੇਸ਼ ਭਰ ਚ ਇਲੈਕਸ਼ਨ ਲੜਨ ਤੇ, ਜਹਾਜ਼ਾਂ ਦੇ ਜਹਾਜ਼ ਕਿਰਾਏ ਲੈ ਕੇ। ਲੱਗਦਾ ਕਿ ਬੀਜੇਪੀ ਜਿੱਤ ਪਾਏਗੀ, ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਹੰਸਰਾਜ ਹੰਸ ਦਾ ਜ਼ਬਰਦਸਤ ਵਿਰੋਧ ਹੋ ਰਿਹਾ, ਪਰਨੀਤ ਕੌਰ ਦਾ ਦੱਬ ਕੇ ਵਿਰੋਧ ਹੋ ਰਿਹਾ ਵੈ। ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖਣੀ ਪੈ ਰਹੀ ਸੁਨੀਲ ਜਾਖੜ ਨੂੰ ਕਿ ਭਾਜਪਾ ਦੇ ਜਿਹੜੇ ਵੋਟਰ ਨੇ ਉਹਨਾਂ ਨੂੰ ਡਰਾਇਆ ਜਾ ਰਿਹਾ, ਉਹ ਵੋਟ ਹੀ ਨਹੀਂ ਪਾਉਣ ਆਉਣਗੇ ਜੇ ਇਹੀ ਹਾਲਾਤ ਬਣਦੇ ਰਹੇ। ਉਹ ਤਾਂ ਦੇਖੋ ਆਮ ਆਦਮੀ ਪਾਰਟੀ ਦੇ ਅਕਾਲੀਆਂ ਦੇ ਲੋਕ, ਮੈਨੂੰ ਤਾਂ ਇੱਕ ਵੀ ਸੀਟ ਹਾਰਦੀ ਨਹੀਂ ਦੇਖੀ। ਈਵਨ ਮਾਲਵਾ ਜਿੱਥੇ ਆਮ ਤੌਰ ਤੇ ਮੰਨਦੇ ਸੀ ਬੀਜੇਪੀ ਕਮਜ਼ੋਰ ਹੈ, ਤੁਸੀਂ ਦੇਖੋ ਨਾ ਹੁਣ ਹੰਸਰਾ ਜਾਂ 1 ਲੱਖ ਵੋਟ ਤੋਂ ਜਿੱਤ ਰਿਹਾ ਹੋਈ। ਸਾਡੀ ਭੈਣ ਬਠਿੰਡੇ ਵਾਲੀ ਪਰਮਪਾਲ ਕੌਰ ਜਿੱਤ ਰਹੀ ਹੈ, ਸੰਗਰੂਰ ਤੋਂ ਅਰਵਿੰਦ ਖੰਨਾ ਜਿੱਤ ਰਿਹਾ, ਰਾਣਾ ਸੋਢੀ ਫਿਰੋਜ਼ਪੁਰ ਤੋਂ ਜਿੱਤ ਰਿਹਾ, ਲੁਧਿਆਣੇ ਤੋਂ ਰਵਨੀਤ ਬਿੱਟੂ ਜਿੱਤ ਰਿਹਾ, ਪਟਿਆਲੇ ਤੋਂ ਪਰਨੀਤ ਕੌਰ ਜਿੱਤ ਰਹੀ, ਸੁਭਾਸ਼ ਸ਼ਰਮਾ ਆਨੰਦਪੁਰ ਤੋਂ ਜਿੱਤ ਰਿਹਾ, ਇਹਨਾਂ ਨੇ ਜਿੱਤਣੀ ਕਿਹੜੀ ਸੀਟ ਆ। ਖਾਲਸੇ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਬੀਜੇਪੀ ਪੂਰੀ ਵਾਹ ਲਗਾ ਰਹੀ ਹੈ, ਸੁਭਾਸ਼ ਸ਼ਰਮਾ ਉੱਥੇ ਉਮੀਦਵਾਰ ਨੇ, ਗੱਲਬਾਤ ਉਹਨਾਂ ਨਾਲ ਕਰਦੇ ਹਾਂ। ਸ਼ਰਮਾ ਜੀ, ਆਨੰਦਪੁਰ ਸਾਹਿਬ ਇਸ ਵੇਲੇ ਪੋਜੀਸ਼ਨ ਕੀ ਹੈ? ਆਨੰਦਪੁਰ ਸਾਹਿਬ ਚ ਪੰਜਾਬ ਚ ਦੇਸ਼ ਚ ਕੋਈ ਪੋਜੀਸ਼ਨ ਹੈ ਕਿ ਨਰਿੰਦਰ ਮੋਦੀ ਦੀ ਬੱਲੇ ਬੱਲੇ ਹੈ? ਮੈਂ ਤਾਂ ਦੇਖੋ ਪਿਛਲੇ 18 ਦਿਨਾਂ ਤੋਂ ਕੈਂਪੇਨ ਕਰ ਰਿਹਾ, ਔਰ ਤੁਹਾਨੂੰ ਯਾਦ ਹੋਊਗਾ ਆਪਾਂ ਜਦੋਂ ਕੈਂਪੇਨ ਸ਼ੁਰੂ ਕੀਤੀ ਸੀ ਤੁਹਾਡੇ ਨਾਲ ਹੀ ਗੱਲਬਾਤ ਆਪਾਂ ਟਰੈਕਟਰ ਤੇ ਬਹਿ ਕੇ ਕੀਤੀ ਸੀ, ਤੇ ਤੁਸੀਂ ਮੈਨੂੰ ਤਾਂ ਇਹੀ ਗੱਲ ਕਹੀ ਸੀ ਕਿ ਪਿੰਡਾਂ ਚ ਜਿਹੜਾ ਬੀਜੇਪੀ ਦਾ ਬੜਾ ਵਿਰੋਧ ਹੋ ਰਿਹਾ ਤੇ ਤੁਹਾਡੀ ਕੀ ਸਟ੍ਰੈਟੇਜੀ ਰਹੇਗੀ। ਮੈਂ ਪੰਕਜ ਜੀ ਅੱਜ 126 ਪਿੰਡਾਂ ਦੀਆਂ ਰੈਲੀਆਂ ਹੁਣ ਤੱਕ ਕਰ ਚੁੱਕਾ, ਔਰ ਹਰ ਰੈਲੀ ਚ ਆਸ ਪਾਸ ਦੇ 4-5 ਪਿੰਡਾਂ ਦੇ ਲੋਕ ਵੀ ਆਏ ਸੀ, ਤੇ ਲਗਭਗ 500-525 ਪਿੰਡਾਂ ਨੂੰ ਮੈਂ ਟੱਚ ਕਰ ਲਿਆ, ਉੱਥੋਂ ਦੇ ਲੋਕਾਂ ਨਾਲ ਗੱਲ ਕਰ ਲਈ। ਇੰਨਾ ਪਿਆਰ, ਇੰਨਾ ਆਸ਼ੀਰਵਾਦ, ਇੰਨਾ ਸਮਰਥਨ ਪਿੰਡਾਂ ਚੋਂ ਆ ਰਿਹਾ, ਜ਼ਬਰਦਸਤ ਬੀਜੇਪੀ ਲਈ ਮਾਹੌਲ ਹੈ। ਤਿੰਨ ਗੱਲਾਂ ਕਰਕੇ ਮਾਹੌਲ ਹੈ। ਪਹਿਲਾਂ ਪਿੰਡਾਂ ਲਈ ਜਿਹੜੇ ਮੋਦੀ ਜੀ ਨੇ ਕੰਮ ਕੀਤੇ, ਮੈਂ ਜਿਸ ਪਿੰਡ ਜਾ ਰਿਹਾ ਨਾ ਇੱਕ ਪੰਫਲੇਟ ਲੈ ਕੇ ਜਾ ਰਿਹਾ, ਤੁਹਾਡੇ ਪਿੰਡ 'ਚ ਕਿੰਨੇ ਕਿੰਨੇ ਪੈਸੇ ਮੋਦੀ ਸਾਹਿਬ ਨੇ ਭੇਜੇ ਆ। ਦੂਜਾ, ਲਾਭਾਰਥੀਆਂ ਦੀ ਲਿਸਟ ਲੈ ਕੇ ਜਾ ਰਿਹਾ, ਕਿਹਦੇ ਘਰ ਟੋਇਲਟ ਬਣਿਆ, ਕਿਹਦੇ ਘਰ ਸਿਲੰਡਰ ਆਇਆ, ਕਿਹਦੇ ਖਾਤੇ 'ਚ ਪੈਸੇ ਆ ਰਹੇ ਆ। ਕਿਸਾਨ ਦੇ ਬਹੁਤ ਪਰਿਵਾਰ ਨੇ ਔਰ ਜ਼ਬਰਦਸਤ ਸਾਡੇ ਨਾਲ ਖੜੇ ਹੋ ਗਏ, ਸੋ ਉਹਦੇ ਕਰਕੇ ਇੱਕ ਬੜਾ ਅਸਰ ਹੈ ਪਿੰਡਾਂ 'ਚ। ਦੂਜੀ ਵੱਡੀ ਗੱਲ ਜਿਹੜੀ ਹੈ ਕਿ ਪਿੰਡਾਂ ਦੇ ਲੋਕ ਅਜੇ ਮਹਿਸੂਸ ਕਰਨ ਲੱਗ ਗਏ ਕਿ ਯਾਰ ਅਸੀਂ ਝਾੜੂ ਨੂੰ ਵੋਟਾਂ ਪਾਲੀਆਂ, ਅਕਾਲੀਆਂ ਨੂੰ ਪਾਲੀਆਂ, ਕਾਂਗਰਸ ਨੂੰ ਪਾਲੀਆਂ, ਕਿਸੇ ਨੇ ਕੋਈ ਸਵਾਰਿਆ ਨਹੀਂ। ਪੰਜਾਬ ਤੇ ਲਗਾਤਾਰ ਨੀਚੇ ਜਾਈ ਜਾ ਰਿਹਾ, ਕਰਜ਼ਾ ਵਧੀ ਜਾ ਰਿਹਾ, ਗੈਂਗਸਟਰ ਵਧੀ ਜਾ ਰਹੇ ਆ, ਨਸ਼ਾ ਵਧਿਆ ਜਾ ਰਿਹਾ, ਤੇ ਹੁਣ ਤਾਂ ਮੋਦੀ ਵੀ ਪੰਜਾਬ ਨੂੰ ਬਚਾ ਸਕਦਾ। ਔਰ ਖਾਸ ਕਰਕੇ ਪਿੰਡਾਂ 'ਚ ਮੈਂ ਦੇਖਿਆ ਯੋਗੀ ਸਾਹਿਬ ਦਾ ਵੀ ਬੜਾ ਜਲਵਾ ਬਣਿਆ ਹੋਇਆ ਆਪਣੇ। ਉਹ ਕਹਿੰਦੇ ਯਾਰ ਯੂਪੀ ਠੀਕ ਹੋ ਗਿਆ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਹਾਨੂੰ ਕਿੱਦਾਂ ਪਤਾ ਠੀਕ ਹੋ ਗਿਆ? ਉਹ ਕਹਿੰਦੇ ਜੀ ਕਮਾਲ ਆ, ਸਾਡੀਆਂ ਜ਼ਮੀਨਾਂ ਨੇ, ਸਾਡੇ ਰਿਸ਼ਤੇਦਾਰਾਂ ਦੀਆਂ ਜ਼ਮੀਨਾਂ ਨੇ, ਸਾਡੇ ਕੋਲ ਉੱਥੋਂ ਲੇਬਰ ਆਉਂਦੀ ਹੈ, ਸਾਡੀਆਂ ਟਰਾਂਸਪੋਰਟ ਚੱਲਦੀਆਂ, ਸਾਡਾ ਤਾਂ ਯੂਪੀ ਨਾਲ ਸਿੱਧਾ ਰਿਸ਼ਤਾ ਹੈ, ਅਤੇ ਯੂਪੀ 'ਤੇ ਜੋ ਹੁੰਦਾ ਸਾਨੂੰ ਫੱਟ ਪਤਾ ਚੱਲ ਜਾਂਦਾ। ਉਹ ਕਹਿੰਦੇ ਯੂਪੀ 6 ਵਜੇ ਤੋਂ ਬਾਅਦ, 7 ਵਜੇ ਤੋਂ ਬਾਅਦ ਬੰਦ ਹੋ ਜਾਂਦੀ ਸੀ, 11-12 ਵਜੇ ਤੱਕ ਯੂਪੀ 'ਚ ਲਹਿਰਾਂ ਬਹਿਰਾਂ ਹੈ, ਅਤੇ ਜੇ ਯੂਪੀ ਠੀਕ ਹੋ ਸਕਦਾ ਜਿਹੜਾ ਐਡਾ ਬਦਨਾਮ ਸੀ, ਤਾਂ ਪੰਜਾਬ ਦੇ ਗੈਂਗਸਟਰ, ਪੰਜਾਬ ਦਾ ਨਸ਼ਾ ਮਾਫੀਆ ਮੋਦੀ ਠੀਕ ਕਰ ਸਕਦਾ, ਬੀਜੇਪੀ ਠੀਕ ਕਰ ਸਕਦੀ। ਇਹ ਗੱਲ ਐਡੀ ਤੇਜ਼ੀ ਨਾਲ ਚੱਲੀ ਹੋਈ ਹੈ, ਫਿਰ ਸਭ ਨੇ ਅਜਮਾ ਲਿਆ ਇੱਕ ਵਾਰੀ ਆ ਕੇ ਮੋਦੀ ਨਾਲ ਖੜੇ ਹੋਣਾ। ਦੂਸਰਾ, ਅਰਵਿੰਦ ਕੇਜਰੀਵਾਲ ਕਹਿੰਦੇ ਕਿ ਪੰਜਾਬ ਦਾ 9000 ਕਰੋੜ ਰੁਪਇਆ ਜਿਹੜਾ ਉਹ ਕੇਂਦਰ ਨੇ ਰੋਕਿਆ ਹੋਇਆ, ਜੇਕਰ ਇਹ ਦਿੱਤਾ ਹੁੰਦਾ ਸੜਕਾਂ ਵੀ ਬਣਨੀਆਂ ਸੀ, ਪਿੰਡਾਂ ਦਾ ਵਿਕਾਸ ਵੀ ਹੋਣਾ ਸੀ, ਡਿਵੈਲਪਮੈਂਟ ਵੀ ਹੋਣੀ ਸੀ। 1.5 ਲੱਖ ਕਰੋੜ ਰੁਪਏ ਦਾ ਹਾਈਵੇ ਬਣਿਆ, ਜਿਸ ਹਾਈਵੇ ਤੇ ਆਪਾਂ ਜਾ ਰਹੇ ਨਾ, ਕਿੱਡਾ ਵਧੀਆ ਹਾਈਵੇ ਆ, ਇਹ ਮੋਦੀ ਨੇ ਬਣਾਇਆ, ਬਠਿੰਡੇ ਵਾਲਾ ਹਾਈਵੇ ਮੋਦੀ ਨੇ ਬਣਾਇਆ, ਹੁਣ 3 ਨਵੇਂ ਐਕਸਪ੍ਰੈਸ ਵੇ ਬਣ ਰਹੇ। ਸਿਰਫ 1.5 ਲੱਖ ਕਰੋੜ ਦੇ ਪ੍ਰੋਜੈਕਟ ਮੋਦੀ ਨੇ ਪੰਜਾਬ ਦੇ ਹਾਈਵੇ ਐਕਸਪ੍ਰੈਸ ਵੇ ਤੇ ਲਾਏ ਆ। ਪੰਜਾਬ 'ਚੋਂ ਨਵੀਆਂ ਟ੍ਰੇਨਾਂ ਸ਼ੁਰੂ ਹੋ ਰਹੀਆਂ, ਕਿੰਨੇ ਪੈਸੇ ਖਰਚ ਹੋ ਰਹੇ ਆ। ਪੰਜਾਬ 'ਚ ਏਅਰਪੋਰਟ ਬਣਾਤਾ, ਆਦਮਪੁਰ ਦਾ ਏਅਰਪੋਰਟ ਬਣਾਤਾ, ਬਠਿੰਡੇ ਦਾ ਬਣਾਤਾ, 27 ਪੰਜਾਬ ਦੇ ਰੇਲਵੇ ਸਟੇਸ਼ਨ ਮਾਡਰਨਾਈਜ਼ ਕਰਕੇ ਨਾ ਅਮਰੀਕਾ ਯੂਰਪ ਵਰਗੇ ਬਣਾ ਦੇਣੇ। ਜਿਹੜਾ ਮੋਦੀ ਇੰਨੇ ਲੱਖ ਕਰੋੜ ਰੁਪਇਆ ਖਰਚ ਕਰੀ ਜਾਂਦਾ, ਇਹ 9000 ਨੂੰ ਰੋਈ ਜਾਂਦੇ, ਇਹ 9000 ਕਰੋੜ ਇਹਨਾਂ ਦੀ ਨਲਾਕੀ ਕਰਕੇ ਰੁਕਿਆ, ਇਹ 9000 ਕਰੋੜ ਦਾ ਹਿਸਾਬ ਨਹੀਂ ਦਿੰਦੇ। ਪੈਸੇ ਤਾਂ ਖਰਚ ਲਏ ਹੈਲੀਕਾਪਟਰ ਕਮਾਉਣ ਤੇ, ਪੈਸੇ ਖਰਚ ਲਏ
ਦੇਸ਼ ਭਰ ਚ ਇਲੈਕਸ਼ਨ ਲੜਨ ਤੇ ਜਹਾਜ਼ਾਂ ਦੇ ਜਹਾਜ਼ ਕਿਰਾਏ ਲੈ ਕੇ ਸਰਕਾਰ ਦਾ ਪੈਸਾ ਹਿਸਾਬ ਨੀ ਦਿਓਗੇ ਤੇ ਸਰਕਾਰ ਨੇ ਤਾਂ ਪੁੱਛਣਾ ਭਾਈ ਕਿੱਥੇ ਗਿਆ, ਜਨਤਾ ਦਾ ਪੈਸਾ। ਇਸ ਕਰਕੇ ਕੇਜਰੀਵਾਲ ਹੁਣ ਕੋਈ ਨੀ ਸੁਣਦਾ ਪੰਜਾਬ ਚ। ਮੈਂ ਤਾਂ ਜਿਸ ਪਿੰਡ ਜਾਣਾ ਪਹਿਲੀ ਗੱਲ ਹੀ ਪੁੱਛਦਾ ਕਿ ਭਾਈ ਝਾੜੂ ਵਾਲਿਆਂ ਦਾ ਕੋਈ ਫਾਇਦਾ ਕੀਤਾ? ਲੋਕੀ ਤਾਂ ਕੰਨਾਂ ਨੂੰ ਹੱਥ ਲਾ ਕੇ ਕਹਿੰਦੇ ਭਾਈ ਸਾਹਿਬ ਤੋਬਾ ਹੀ ਤੋਬਾ। ਇਸ ਕਰਕੇ ਇਹਨਾਂ ਨੂੰ ਤਾਂ ਹੁਣ ਕੋਈ ਪੰਜਾਬ ਚ ਸੁਣਵਾਈ ਨੀ। ਕੇਜਰੀਵਾਲ ਦਾ ਤਾਂ ਏਡਾ ਬੁਰਾ ਹਾਲ ਹੈ ਪੰਜਾਬ ਚ, ਲੋਕੀ ਕਹਿੰਦੇ ਲਿਆਓ ਤਾਂ ਸਹੀ ਉਹਨੂੰ ਦੁਬਾਰਾ ਪੰਜਾਬ ਚ। ਪ੍ਰਧਾਨ ਮੰਤਰੀ ਦਾ ਇੱਕ ਟਵੀਟ ਹੈ, ਉਹ ਕਹਿੰਦੇ ਪੰਜਾਬ ਚ ਬਹੁਤ ਪ੍ਰਤਿਭਾ, ਪੰਜਾਬ ਚ ਬਹੁਤ ਹੁਨਰ ਹੈ, ਲੇਕਿਨ ਹੁਣ ਬੀਜੇਪੀ ਇਸ ਨੂੰ ਜਿਹੜਾ ਉਹ ਬਣਾ ਸਕਦੀ ਹੈ, ਕਿਉਂਕਿ ਮਨਪ੍ਰੀਤ ਬਾਦਲ ਹੋਰਾਂ ਦਾ ਇੱਕ ਆਰਟੀਕਲ ਸੀਗਾ ਇੱਕ ਅੰਗਰੇਜ਼ੀ ਅਖਬਾਰ ਨੂੰ ਦਿੱਤਾ, ਉਹ ਕਹਿ ਰਹੇ ਸੀ ਕਿ ਪੰਜਾਬ ਨਿਰਾਸ਼ਾ ਵਾਲੇ ਪਾਸੇ ਜਾ ਰਿਹਾ, ਪੰਜਾਬ ਚ ਸਿਆਸਤ ਬੜੀ ਨਿਰਾਸ਼ਾ ਵਾਲੇ ਪਾਸੇ ਹੈ। ਉਸ ਗੱਲ ਤੇ ਪ੍ਰਧਾਨ ਮੰਤਰੀ ਦਾ ਤੁਸੀਂ ਟਵੀਟ ਵੀ ਦੇਖਿਆ ਹੋਣਾ, ਕਿਵੇਂ ਦੇਖਦੇ ਹੋ? ਬਿਲਕੁਲ ਠੀਕ ਆਰਟੀਕਲ ਹੈ ਮਨਪ੍ਰੀਤ ਜੀ, ਤਾਂ ਮੈਂ ਵੀ ਪੜ੍ਹਿਆ ਹੈ। ਪਿਛਲੇ 20-25 ਸਾਲਾਂ ਚ ਇੱਕ ਨਿਰਾਸ਼ਾ ਤਾਂ ਵਧੀ ਹੈ, ਔਰ ਖਾਸ ਕਰਕੇ ਪਿਛਲੇ 2 ਸਾਲ ਚੋਂ ਕਈ ਗੁਣਾ ਵੱਧ ਗਈ, ਕਿਉਂਕਿ ਲੋਕਾਂ ਨੇ ਬੜੀ ਉਮੀਦ ਨਾਲ ਬਦਲਾਅ ਲਈ ਵੋਟ ਪਾਈ। ਲੋਕਾਂ ਨੂੰ ਲੱਗਿਆ ਯਾਰ ਇਹ ਵੋਟ ਪਾ ਕੇ ਬਦਲਾਅ ਕਰ ਦਾਂਗੇ, ਸਾਡੀ ਨਿਰਾਸ਼ਾ ਖਤਮ ਹੋ ਜਾਊਗੀ। ਉਹਦੀ ਜਿਹੜੀ ਫੇਲਿਓਰ ਹੋਈ ਆ ਆਮ ਆਦਮੀ ਪਾਰਟੀ ਦੀ, ਜਿਸ ਤਰ੍ਹਾਂ ਨਾਲ ਨੰਗੇ ਹੋਏ ਆ ਲੋਕਾਂ ਦੇ ਸਾਹਮਣੇ, ਇਹਨਾਂ ਨੇ ਤਾਂ ਹੱਦ ਹੀ ਮੁਕਾਤੀ ਪੰਕਜ ਭਾਈ। ਆ ਮੈਂ ਆਪਣੇ ਹਲਕੇ ਜਾ ਰਿਹਾ, 9 ਜਿਹੜੇ ਨੇ 7 MLA ਆ, ਇੱਕ ਤੋਂ ਵੱਧ ਕੇ ਇੱਕ ਕੋਈ ਨੂਰ ਦਾ ਹੀ ਰਹਿ, ਕੋਈ ਦੁਨੀਆਂ ਦਾ ਭ੍ਰਿਸ਼ਟਾਚਾਰ ਅਸਰ ਜਿਹੜਾ ਕਰੀ ਨਹੀਂ ਜਾਂਦੇ। ਇਹਨਾਂ ਦੇ ਭਰਾ ਭਤੀਜੇ ਭਨੇਵੇਂ ਚਾਚੇ ਤਾਏ ਭਾਪੇ ਤੱਕ ਲੱਗੇ ਆ, ਮਤਲਬ ਅਕਾਲੀ ਕਾਂਗਰਸੀਆਂ ਨੂੰ ਵੀ ਮਾਤ ਦੇ ਦਿੱਤੀ ਇਹਨਾਂ ਨੇ, ਰੇਤਾ ਲੁੱਟ ਲੁੱਟ ਇਹ ਖਾਈ ਜਾਂਦੇ ਆ, ਤਹਿਸੀਲਾਂ ਤੋਂ ਪੈਸੇ ਇਹ ਲਈ ਜਾਂਦੇ ਆ, ਥਾਣਿਆਂ ਤੋਂ ਗ੍ਰਾਹੀਆਂ ਇਹ ਕਰੀ ਜਾਂਦੇ ਆ, ਪਰਚਿਆਂ ਤੋਂ ਪੈਸੇ ਇਹ ਲਈ ਜਾਂਦੇ ਆ। ਸੋ ਲੋਕ ਕਹਿੰਦੇ ਯਾਰ ਇਹ ਤਾਂ ਮਤਲਬ ਉਹਦੇ ਕਰਕੇ ਲੋਕ ਹੋਰ ਨਿਰਾਸ਼ ਹੋ ਗਏ ਯਾਰ, ਇਹ ਤਾਂ ਬੜੇ ਇਮਾਨਦਾਰੀ ਦੇ ਗੱਲਾਂ ਕਰਦੇ ਸੀ, ਇਹ ਤਾਂ ਢੋਂਗੀ ਨਿਕਲੇ, ਕੋਈ ਡਿਵੈਲਪਮੈਂਟ ਨਹੀਂ ਹੋਈ, ਪਿੰਡਾਂ ਦੀ ਬਹੁਤ ਬੁਰੀ ਹਾਲਤ ਹੈ, ਸੜਕਾਂ ਜਿਹੜੀਆਂ ਮਾੜੀਆਂ ਮੋਟੀਆਂ ਬਣੀਆਂ ਵੀ ਸੀ ਸਾਡੇ ਟਾਈਮ ਉਹ ਵੀ ਟੁੱਟੀਆਂ ਪਈਆਂ ਨੇ। ਸੋ ਨਿਰਾਸ਼ਾ ਤਾਂ ਹੈ, ਪਰ ਉਸ ਨਿਰਾਸ਼ਾ 'ਚ ਇੱਕ ਆਸ਼ਾ ਵੀ ਜਗ ਰਹੀ ਹੈ ਲੋਕਾਂ ਨੂੰ ਕਿ ਯਾਰ ਮੋਦੀ ਸਾਹਿਬ ਹਿੰਦੁਸਤਾਨ ਠੀਕ ਕਰ ਸਕਦੇ ਆ ਤੇ ਪੰਜਾਬ ਵੀ ਠੀਕ ਕਰ ਸਕਦੇ ਆ। ਉਸੇ ਨਿਰਾਸ਼ਾ 'ਚੋਂ ਹੀ ਬੀਜੇਪੀ ਔਰ ਮੋਦੀ ਦੀ ਆਵਾਜ਼ ਪਿੰਡਾਂ 'ਚੋਂ ਨਿਕਲ ਕੇ ਆ ਰਹੀ ਹੈ। ਲੱਗਦਾ ਕਿ ਬੀਜੇਪੀ ਜਿੱਤ ਪਾਏਗੀ, ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਹੰਸਰਾਜ ਹੰਸ ਦਾ ਜ਼ਬਰਦਸਤ ਵਿਰੋਧ ਹੋ ਰਿਹਾ, ਪਰਨੀਤ ਕੌਰ ਦਾ ਦੱਬ ਕੇ ਵਿਰੋਧ ਹੋ ਰਿਹਾ ਵੈ। ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖਣੀ ਪੈ ਰਹੀ ਸੁਨੀਲ ਜਾਖੜ ਨੂੰ ਕਿ ਭਾਜਪਾ ਦੇ ਜਿਹੜੇ ਵੋਟਰ ਨੇ ਉਹਨਾਂ ਨੂੰ ਡਰਾਇਆ ਜਾ ਰਿਹਾ, ਉਹ ਵੋਟ ਹੀ ਨਹੀਂ ਪਾਉਣ ਆਣਗੇ ਜੇ ਇਹੀ ਹਾਲਾਤ ਬਣਦੇ ਰਹੇ। ਉਹ ਤਾਂ ਦੇਖੋ ਆਮ ਆਦਮੀ ਪਾਰਟੀ ਦੇ ਅਕਾਲੀਆਂ ਦੇ ਲੋਕ ਹੈ, ਮੈਂ ਤੁਹਾਨੂੰ ਦੱਸ ਰਿਹਾ ਮੈਂ 125 ਸਭਾਵਾਂ ਕਰਾਇਆ, ਮੇਰਾ ਤਾਂ ਕਿਸੇ ਨੇ ਵਿਰੋਧ ਨਹੀਂ ਕੀਤਾ। ਮੇਰੇ ਤੁਸੀਂ ਫੇਸਬੁੱਕ ਚੈੱਕ ਕਰ ਲਓ, ਮੇਰੇ ਤੇ ਨਾ ਯਕੀਨ ਕਰੋ, ਚੈੱਕ ਕਰੋ ਕਿ ਮੇਰੇ ਪਿੰਡਾਂ ਦੀਆਂ ਰੈਲੀਆਂ ਕਿੱਡੇ ਵੱਡੇ ਇਕੱਠ ਹੋ ਰਹੇ ਆ, ਮੈਨੂੰ ਸਰੋਪੇ ਪੈ ਰਹੇ ਆ, ਮੈਂ ਪਟਕੇ ਪਾ ਪਾ ਕੇ ਰੋਜ਼ ਹਰ ਪਿੰਡ ਜਾਂਦਾ, 50-100 ਲੋਕ ਬੀਜੇਪੀ ਜੁਆਇਨ ਕਰਾਉਂਦਾ, ਐਕਸ ਸਰਪੰਚ, ਪੰਚ, ਬਲਾਕ ਸਮਿਤੀ ਮੈਂਬਰ। ਸੋ ਇਹ ਜਿਹੜਾ ਵਿਰੋਧ ਹੋ ਰਿਹਾ ਇਹ ਸਿਰਫ ਸਿਆਸੀ ਡਰਾਮਾ ਹੈ, ਇਹ ਉਹਨਾਂ ਦਾ ਪੋਲੀਟੀਕਲ ਏਜੰਡਾ ਹੈ ਜਿਹਦੇ ਲਈ ਕੁਛ ਲੋਕ, ਕੁਛ ਕਾਰਕੁਨ, ਕੁਛ ਜਥੇਬੰਦੀਆਂ ਦੇ ਆ ਕੇ ਰੌਲਾ ਪਾਉਂਦੇ ਆ, ਵਿਰੋਧ ਕਰਦੇ ਆ। ਆਮ ਕਿਸਾਨ ਅੱਜ ਬੀਜੇਪੀ ਦੇ ਨਾਲ ਖੜਾ ਹੋ ਰਿਹਾ, ਇਸ ਕਰਕੇ ਪੱਕੀ ਜਿੱਤ ਹੋਣੀ ਦੇ। ਕਿੰਨੀਆਂ ਸੀਟਾਂ ਤੁਹਾਨੂੰ ਪੰਜਾਬ 'ਚ ਨਜ਼ਰ ਆਉਂਦੀਆਂ ਔਰ 2027 ਕਿੱਥੇ ਦੇ? ਮੈਨੂੰ ਤਾਂ ਇੱਕ ਵੀ ਸੀਟ ਹਾਰਦੀ ਨਹੀਂ ਦਿਖਦੀ। ਈਵਨ ਮਾਲਵਾ ਜਿੱਥੇ ਆਮ ਤੌਰ ਤੇ ਮੰਨਦੇ ਸੀ ਬੀਜੇਪੀ ਕਮਜ਼ੋਰ ਹੈ, ਤੁਸੀਂ ਦੇਖੋ ਨਾ ਹੁਣ ਹੰਸਰਾਜ 1,00,000 ਵੋਟ ਤੋਂ ਜਿੱਤ ਰਿਹਾ ਫਰੀਦਕੋਟ 'ਚ, ਸਾਡੀ ਭੈਣ ਬਠਿੰਡੇ ਵਾਲੀ ਪਰਮਪਾਲ ਕੌਰ ਜਿੱਤ ਰਹੀ ਹੈ, ਸੰਗਰੂਰ ਤੋਂ ਅਰਵਿੰਦ ਖੰਨਾ ਜਿੱਤ ਰਿਹਾ, ਰਾਣਾ ਸੋਢੀ ਫਿਰੋਜ਼ਪੁਰ ਤੋਂ ਜਿੱਤ ਰਿਹਾ, ਲੁਧਿਆਣੇ ਤੋਂ ਰਵਨੀਤ ਬਿੱਟੂ ਜਿੱਤ ਰਿਹਾ, ਪਟਿਆਲੇ ਤੋਂ ਪਰਨੀਤ ਕੌਰ ਜਿੱਤ ਰਹੀ, ਸੁਭਾਸ਼ ਸ਼ਰਮਾ ਆਨੰਦਪੁਰ ਤੋਂ ਜਿੱਤ ਰਿਹਾ। ਇਹਨਾਂ ਨੇ ਜਿੱਤਣੀ ਕਿਹੜੀ ਸੀਟ ਆ? ਮਾਝਾ ਦੁਆਬਾ ਤੇ ਪਹਿਲਾਂ ਹੀ ਸਵੀਪ ਕੀਤੀ ਬੈਠੀ ਬੀਜੇਪੀ, ਝਾੜੂ ਵੱਜਿਆ ਹੋਇਆ। ਲੇਕਿਨ ਆਮ ਆਦਮੀ ਪਾਰਟੀ ਵੀ ਇਹ ਦਾਅਵਾ ਕਰਦੀ ਕਿ ਅਸੀਂ 13 ਸੀਟਾਂ ਜਿੱਤ ਰਹੇ ਹਾਂ, ਔਰ ਇੰਡੀਆ ਅਲਾਇੰਸ ਇਹ ਕਹਿ ਰਿਹਾ ਕਿ ਅਸੀਂ 300 ਸੀਟਾਂ ਦੇਸ਼ 'ਚ ਆ ਰਹੀਆਂ ਇੰਡੀਆ ਅਲਾਇੰਸ। ਦਿਲ ਕੋ ਬਹਿਲਾਨੇ ਕੋ ਗਾਲਿਬ ਖਿਆਲ ਅੱਛਾ ਹੈ, ਯੂੰ ਤਾਂ ਮਾਲੂਮ ਹੈ ਜੰਨਤ ਕੀ ਹਕੀਕਤ ਹਮਕੋ। ਉਹਨਾਂ ਵਿਚਾਰਿਆਂ ਨੂੰ ਵੀ ਪਤਾ ਵੀ ਉਹਨਾਂ ਦਾ ਕੁਛ ਨਹੀਂ ਵੱਟਿਆ ਜਾਣਾ, ਦੇਸ਼ ਮੋਦੀ ਸਾਹਿਬ ਨਾਲ ਖੜਾ, ਔਰ ਤੁਸੀਂ ਦੇਖਣਾ ਇਤਿਹਾਸਿਕ ਬਹੁਮਤ ਨਾਲ ਮੋਦੀ ਜੀ ਵਾਪਸ ਪ੍ਰਧਾਨ ਮੰਤਰੀ ਬਣ ਰਹੇ ਆ, ਔਰ ਪੰਜਾਬ ਦੇ ਲੋਕਾਂ ਨੂੰ ਅਹਿਸਾਸ ਹੋ ਗਿਆ ਕਿ ਅਸੀਂ 10 ਸਾਲ ਮੋਦੀ ਸਾਹਿਬ ਤੋਂ ਦੂਰੀ ਬਣਾ ਕੇ ਰੱਖੀ, ਉਹਦੇ ਨਾਲ ਪੰਜਾਬ ਹੋਰ ਥੱਲੇ ਚਲਾ ਗਿਆ, ਪੰਜਾਬ 'ਚ ਹੋਰ ਨਿਰਾਸ਼ਾ ਫੈਲੀ ਹੈ, ਪੰਜਾਬ ਦਾ ਬਹੁਤ ਨੁਕਸਾਨ ਹੋਇਆ। ਇਸ ਕਰਕੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਹੁਣ ਮੋਦੀ ਨਾਲ ਹੀ ਚੱਲਣਾ।
ਰਾਹੁਲ ਗਾਂਧੀ ਪੰਜਾਬ ਨੇ, ਪ੍ਰਿਅੰਕਾ ਗਾਂਧੀ ਪੰਜਾਬ ਨੇ, ਅਰਵਿੰਦ ਕੇਜਰੀਵਾਲ ਪੰਜਾਬ ਨੇ, ਅਮਿਤ ਸ਼ਾਹ ਪੰਜਾਬ ਨੇ, ਯੋਗੀ ਪੰਜਾਬ ਨੇ, ਨਿਤਿਨ ਗਡਕਰੀ ਪੰਜਾਬ ਨੇ, ਪੂਰਾ ਵਾਹ ਸਾਰੀਆਂ ਸਿਆਸੀ ਪਾਰਟੀਆਂ ਨੇ ਲਾ ਦਿੱਤਾ। ਨਹੀਂ ਲਾਣੀ ਹੈ, ਦੇਖੋ ਇਗਜ਼ਾਮ ਤੋਂ ਪਹਿਲਾਂ ਮਿਹਨਤ ਤਾਂ ਕਰਨੀ ਪੈਂਦੀ ਹੈ, ਪੇਪਰਾਂ ਤੋਂ ਪਹਿਲਾਂ ਮਿਹਨਤ ਕਰਨੀ ਪੈਂਦੀ ਹੈ, ਸਭ ਕਰ ਰਿਹਾ, ਲੋਕਤੰਤਰ ਸਭ ਨੂੰ ਕਰਨੀ ਵੀ ਚਾਹੀਦੀ ਹੈ, ਅੱਛੀ ਗੱਲ ਹੈ। ਸਾਰੀਆਂ ਪਾਰਟੀਆਂ ਦੇ ਵੱਡੀ ਲੀਡਰਸ਼ਿਪ ਆਏ, ਲੋਕਾਂ 'ਚ ਆਪਣੀ ਗੱਲ ਰੱਖੇ, ਲੋਕ ਫੈਸਲਾ ਕਰਨਗੇ ਕਿਹਦੇ ਨਾਲ ਚੱਲਣਾ। ਲੋਕਾਂ ਨੇ ਗਾਂਧੀ ਪਰਿਵਾਰ ਦੇਖਿਆ ਨਹੀਂ, ਕੀ ਜ਼ੁਲਮ ਗਾਂਧੀਆਂ ਨੇ ਢਾਏ ਆ ਪੰਜਾਬ 'ਤੇ, ਲੋਕਾਂ ਨੇ ਸਭ ਜਾਣਦੇ। ਇਸ ਕਰਕੇ ਕੋਈ ਇਹਨਾਂ ਦੀ ਗੱਲ ਸੁਣਨ ਵਾਲਾ ਨਹੀਂ ਹੈ। ਪੰਜਾਬੀ ਨਾ ਬੜੇ ਡਿਸਾਈਸਿਵ ਹੈ ਔਰ ਐਕਸਪੈਰੀਮੈਂਟ ਵੀ ਕਰਦੇ ਆ, ਉਹ ਡਿਸਾਈਸਿਵ ਇੰਨੇ ਵੀ ਜਿੱਧਰ ਤੁਰਦੇ ਆ ਨਾ ਇੱਕ ਜੁੱਟ ਹੋ ਕੇ ਤੁਰ ਪੈਂਦੇ। ਇਸ ਕਰਕੇ ਤੁਸੀਂ ਕੈਲਕੂਲੇਸ਼ਨਾਂ ਲਾਓਗੇ ਨਾ, ਜੇ ਬੀਜੇਪੀ ਦੀ ਇੱਥੇ 1% ਵੋਟ ਸੀ, ਕਿੰਨੀ ਵੱਜੂਗੀ ਉਹ 'ਚ ਨਾ ਪਾਓ। ਆਹ 2019 'ਚ ਲੋਕ ਸਭਾ 'ਚ ਇੱਕ ਅੱਧੀ ਸੀਟ ਨੂੰ ਛੱਡ ਕੇ ਸਾਰੀਆਂ ਸੀਟਾਂ 'ਤੇ ਆਮ ਆਦਮੀ ਪਾਰਟੀ ਦੀ ਜਵਾਨਾਂ ਜਬਤ ਹੋ ਗਈ ਸੀ, ਕਈ ਕਈ ਸੀਟਾਂ 'ਤੇ ਤਾਂ 30-40 ਹਜ਼ਾਰ ਵੋਟ ਪਈ ਸੀ। ਅਤੇ 3 ਸਾਲਾਂ ਬਾਅਦ ਹੀ ਉਹਨੇ ਹੁੰਜਾ ਫਿਰ ਜਿੱਤ ਪ੍ਰਾਪਤ ਕਰ ਲਈ। ਪੰਜਾਬੀ ਤੁਰ ਪੈਂਦੇ ਆ ਤਾਂ ਤੁਰ ਪੈਂਦੇ ਆ, ਐਰ ਕੀ ਉਹ ਤੁਰ ਪਏ ਹੋਏ ਆ, ਮਨ ਬਣਾ ਕੇ ਤੁਰ ਪਏ ਆ ਕਿ ਮੋਦੀ ਨਾਲ ਖੜੇ ਹੋਣਾ ਹੈ, ਚੱਟਾਨ ਵਾਂਗੂ ਤੁਰ ਪਿਆ, ਪੈਰ ਲਾ ਕੇ ਤੁਰ ਪਿਆ, ਪਰ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ, ਪਰ ਸਭ ਤੁਰ ਪਏ ਆ। ਮੈਂ ਗੁਜਰਾਂ ਦੇ ਪਿੰਡਾਂ 'ਚ ਗਿਆ, ਪਿੰਡਾਂ ਦੇ ਪਿੰਡ ਚੱਲੇ ਹੋਏ ਆ, ਮੈਂ ਜੱਟਾਂ ਦੇ ਪਿੰਡਾਂ 'ਚ ਗਿਆ, ਪਿੰਡਾਂ ਦੇ ਪਿੰਡ ਚੱਲੇ ਹੋਏ ਆ, ਸੀ ਭਾਈਚਾਰਾ ਦੱਬ ਕੇ ਚੱਲ ਪਿਆ। ਪੰਡਤਾਂ ਦਾ ਮੁੰਡਾ ਖਾਲਸੇ ਦੀ ਧਰਤੀ ਤੇ ਝੰਡਾ ਲਹਿਰਾਏਗਾ। ਪੰਡਤ ਤਾਂ ਖਾਲਸੇ ਦੇ ਜਿਹਨੂੰ ਕਹਿ ਲਓ ਸਭ ਤੋਂ ਪਹਿਲਾਂ ਝੰਡਾ ਚੱਕਣ ਵਾਲੇ ਪੰਡਤ ਹੀ ਹੈ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਪਰਾਗਾ, ਭਾਈ ਦਿਆਲਾ। ਸਾਡਾ ਤੇ ਪੰਡਤਾਂ ਦਾ ਬੜਾ ਵੱਡਾ ਲੰਬਾ ਚੌੜਾ ਇਤਿਹਾਸ ਆ। ਜਦੋਂ ਖਾਲਸਾ ਸਿਰਜਿਆ ਗਿਆ ਅਸੀਂ ਲੜੇ ਆ ਖੜ ਕੇ ਤੇਗ ਲਾ ਕੇ। ਪੂਰੀ ਖਾਲਸੇ ਦੀ ਧਰਤੀ ਤੇ ਭਾਜਪਾ ਦਾ ਝੰਡਾ ਸੁਭਾਸ਼ ਸ਼ਰਮਾ ਲਹਿਰਾਏਗਾ। ਖਾਲਸੇ ਦੀ ਜੋ ਸੋਚ ਹੈ, ਜਿਸ ਸੋਚ ਨੂੰ ਲੈ ਕੇ ਗੁਰੂ ਮਹਾਰਾਜ ਨੇ ਖਾਲਸਾ ਪੰਥ ਸਾਜਿਆ, ਸਮਾਨਤਾ, ਬਰਾਬਰੀ, ਇਨਸਾਫ, ਖੁਸ਼ਹਾਲੀ, ਸਰਬੱਤ ਦਾ ਭਲਾ, ਇਹ ਜਿਹੜੇ ਸਿਧਾਂਤ ਨੇ ਸਿੱਖੀ ਦੇ, ਜਿਹੜੇ ਸਿਧਾਂਤ ਨੇ ਖਾਲਸੇ ਦੇ, ਉਹਨਾਂ ਸਿਧਾਂਤਾਂ ਤੇ ਬੀਜੇਪੀ ਪਹਿਰਾ ਦੇ ਰਹੀ ਹੈ। ਅੱਜ ਅਗਰ ਕੋਈ ਪਾਰਟੀ ਦੇਸ਼ 'ਚ ਹੈਗੀ ਆ ਜਿਹੜੀ ਸਭ ਤੋਂ ਜ਼ਿਆਦਾ ਸ਼ਰਧਾ ਰੱਖਦੀ ਹੈ ਗੁਰੂ ਘਰਾਂ ਪ੍ਰਤੀ, ਜਿਹੜੀ ਸਭ ਤੋਂ ਜ਼ਿਆਦਾ ਸਨਮਾਨ ਕਰਦੀ ਹੈ ਗੁਰੂਆਂ ਦਾ, ਗੁਰਬਾਣੀ ਦਾ, ਔਰ ਇਕੱਲਾ ਸਨਮਾਨ ਨਹੀਂ ਕਰਦੀ, ਇਕੱਲਾ ਮੱਥਾ ਹੀ ਨਹੀਂ ਟੇਕਦੀ, ਉਹਨਾਂ ਸਿਧਾਂਤਾਂ ਤੇ ਪਹਿਰਾ ਦੇ ਕੇ ਹਿੰਦੁਸਤਾਨ 'ਚ ਰਾਜ ਵੀ ਚਲਾ ਰਹੀ ਆ, ਅਤੇ ਮੈਂ ਸਮਝਦਾ ਕਿ ਗੁਰੂ ਮਹਾਰਾਜ ਦੀ ਬਖਸ਼ਿਸ਼ ਜ਼ਰੂਰ ਹੋਣੀ ਆ। ਉਹ ਚਾਹਣਗੇ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਐਸੀ ਸੋਚ ਵਾਲਾ ਵਿਅਕਤੀ ਸੇਵਾ 'ਚ ਲੱਗੇ। ਇਸੇ ਕਰਕੇ ਬਖਸ਼ਿਸ਼ ਕਰਕੇ ਮੈਨੂੰ ਟਿਕਟ ਮਿਲੀ ਹੈ ਜੀ, ਮੈਨੂੰ ਸੇਵਾ ਕਰਨ ਲਈ ਗੁਰੂ ਸਾਹਿਬ ਨੇ ਆਪ ਥਾਪਿਆ, ਤੇ ਕਿਉਂ ਨਹੀਂ ਜਿੱਤ ਹੋਏਗੀ, ਜ਼ਰੂਰ ਜਿੱਤ ਹੋਏਗੀ। ਧੰਨਵਾਦ। ਤਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨੇ ਭਾਜਪਾ ਦੇ ਸੁਭਾਸ਼ ਸ਼ਰਮਾ ਕਹਿ ਰਹੇ ਨੇ ਕਿ 13 ਸੀਟਾਂ ਬੀਜੇਪੀ ਪੰਜਾਬ 'ਚ ਜਿੱਤ ਰਹੀ ਹੈ। ਮਾਹੌਲ ਕੀ ਹੈ? ਲਗਾਤਾਰ ਨਿਊਜ਼ 18 ਤੇ ਇੱਕ ਇੱਕ ਤਸਵੀਰ, ਇੱਕ ਇੱਕ ਉਮੀਦਵਾਰ, ਲੋਕਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਫਿਲਹਾਲ ਮੈਨੂੰ ਤੇ ਮੇਰੇ ਸਹਿਯੋਗੀ ਰਜਿੰਦਰ ਨੂੰ ਦਿਓ ਇਜਾਜ਼ਤ। ਧੰਨਵਾਦ।